ਉਧਰ ਅੰਮ੍ਰਿਤਸਰ ਪੁਲਿਸ ਨੇ ਸ਼ਹਿਰ ਦੇ ਵਿੱਚ ਵੱਧ ਰਹੀਆਂ ਵਾਰਦਾਤਾਂ ਨੂੰ ਰੋਕਣ ਦੇ ਲਈ ਨਵਾਂ ਹੁਕਮ ਜਾਰੀ ਕੀਤਾ ਹੈ। ਜੀ ਹਾਂ, ਹੁਣ ਤੁਸੀਂ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਮੂੰਹ ਤੇ ਕੱਪੜਾ ਬੰਨ ਕੇ ਟੂ ਵੀਲਰ ਨਹੀਂ ਚਲਾ ਸਕੋਗੇ। ਜੇ ਤੁਸੀਂ ਅਜਿਹਾ ਕਰਦੇ ਹੋ ਤਾਂ ਤੁਹਾਡੇ ਤੇ ਕੇਸ ਦਰਜ ਹੋ ਸਕਦਾ ਹੈ। ਅੰਮ੍ਰਿਤਸਰ ਪੁਲਿਸ ਮੁਤਾਬਕ ਸਾਰੇ ਕਾਲਜਾਂ ਅਤੇ ਸਕੂਲਾਂ ਦੇ ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਗਿਆ। ਇਸ ਮੁਤਲਕ ਹਾਲੇ ਤੱਕ 20 ਲੋਕਾਂ ਦੇ ਖਿਲਾਫ ਕੇਸ ਵੀ ਦਰਜ ਹੋ ਚੁੱਕਿਆ ਹੈ। ਤਾਂ ਦੱਸ ਦਈਏ ਕਿ ਚੋਰੀ ਤੇ ਸਨੈਚਿੰਗ ਦੀਆਂ ਜੋ ਵਾਰਦਾਤਾਂ ਵੱਧ ਰਹੀਆਂ ਸਨ, ਉਸ ਨੂੰ ਠੱਲ ਪਾਉਣ ਦੇ ਲਈ ਹੁਣ ਇਹ ਫੈਸਲਾ ਲਿਆ ਗਿਆ ਹੈ ਕਿ ਮੂੰਹ ਤੇ ਕੱਪੜਾ ਪਾ ਕੇ ਟੂ ਵੀਲਰ ਨਹੀਂ ਚਲਾਉਣ ਦਿੱਤਾ ਜਾਏਗਾ। ਤੇ ਅਜਿਹੀਆਂ ਤਾਂ ਦੱਸ ਦਈਏ ਕਿ ਇਸ ਹੁਣ ਮਾਮਲੇ ਦੀ ਉਲੰਘਣਾ ਕਰਨ ਤੇ 20 ਲੋਕਾਂ ਦੇ ਖਿਲਾਫ ਕੇਸ ਵੀ ਦਰਜ ਹੋ ਚੁੱਕਾ ਹੈ। ਅਸੀਂ ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਵੱਲੋਂ ਅੰਮ੍ਰਿਤਸਰ ਨਿਵਾਸੀ ਸ਼ਹਿਰ ਨਿਵਾਸੀਆਂ ਨੂੰ ਇੱਕ ਇੰਪੋਰਟੈਂਟ ਗੱਲ ਸ਼ੇਅਰ ਕਰਨਾ ਚਾਹਾਂਗੇ। ਇਹਦੇ ਵਿੱਚੋਂ ਅੰਮ੍ਰਿਤਸਰ ਸਿਟੀ ਦੀ ਸੁਰੱਖਿਆ ਲਈ ਪਲੱਸ ਮਿਸਕ੍ਰੀਅੰਟਸ ਦੀ ਕੰਟਰੋਲ ਮੂਵਮੈਂਟ ਦੀ ਕੰਟਰੋਲ ਕਰਨ ਲਈ ਮਾਨਯੋਗ ਕਮਿਸ਼ਨਰ ਸਰ ਵੱਲੋਂ ਸੈਕਸ਼ਨ 144 CRPC ਦੇ ਤਹਿਤ ਆਰਡਰ ਪਾਸ ਕੀਤੇ ਗਏ ਹਨ। ਉਹਦੇ ਵਿੱਚੋਂ ਮੋਟਰਸਾਈਕਲ ਸਵਾਰ ਨੇ ਜਿਹਨੇ ਉਹਨਾਂ ਨੇ ਆਪਣੇ ਮੂੰਹ ਬੰਦ ਕਰਕੇ ਜਾਂਦੇ ਹਨ, ਉਹ ਬਿਲਕੁਲ ਬੰਦ ਹੈ। ਇਹਦੇ ਵਿੱਚੋਂ ਅਸੀਂ ਸਖਤੀ ਕਾਰਵਾਈ ਹੁਣ ਕਰ ਰਹੇ ਨੇ। ਪਿਛਲੇ 2 ਦਿਨ ਦੇ ਵਿੱਚ ਅਸੀਂ 20 ਕੇਸਿਸ ਦਰਜ ਕੀਤੇ ਹਨ ਸੈਕਸ਼ਨ 188 IPC ਦੇ ਤਹਿਤ। ਇਸ ਲਈ ਸ਼ਹਿਰ ਨਿਵਾਸੀਆਂ ਨੂੰ ਸਾਰੇ ਅਸੀਂ ਬੇਨਤੀ ਕੀਤੀ ਜਾ ਰਹੇ ਹਾਂ, ਆਪਣੇ ਆਪਣੇ ਜਿਹੜੇ ਮੋਟਰਸਾਈਕਲ ਸਵਾਰ ਨੇ ਇਹ ਬਿਲਕੁਲ ਕਾਨੂੰਨ ਦਾ ਉਲੰਘਣਾ ਨਹੀਂ ਕਰਨਾ ਹੈ, ਕਿਉਂਕਿ ਇਹਦੇ ਵਿੱਚੋਂ ਸਾਨੂੰ ਕਈ ਕੇਸਿਸ ਦੇ ਵਿੱਚ ਟਰੇਸ ਕਰਨ ਦੇ ਵਿੱਚ ਦਿੱਕਤ ਆ ਰਹੀ ਹੈ।